दोस्तों स्टूडियो में आप सबका स्वागत। मैं आपका अपना वरुण तिवारी लेके हाजिर हूँ आपका अपना प्रोग्राम स्टार टॉक्स। दोस्तों आज जो मेरे स्टार हैं अमनदीप रंधावा जी, हाँ, ही इज अ मॉडल, ही इज एक्टर, ही इज अ सिंगर एंड वेरी मल्टी टैलेंटेड गाय। आओ बातचीत कराते हैं यंग टैलेंट के साथ अमनदीप रंधावा। अमन जी थोड़ा स्टूडियो स्वागत। दोस्तों मैं दसा कि ही इज अ वेरी टैलेंटेड यंग गाय। हूँ ही इन्हों का गाना आया है मुस्टैंग। हाँ जी, आओ सब तो पहले वो वीडियो देखते हैं फिर अपनी गल बातचीत नू आगे बढ़ाने। अमन रंधावा इट्स सो हिज बीट। ओ मॉडल है पुराना मेरी मस्टैंग दा, 1967 मेरा दादा लेके आया, रखी आए दनाली अंग्रेजा वेले दी, शीशे जे जड़ा के आन रेवले लिखाया, हाई लेवल दे सोनी ए स्टाइल रख दे, कारा दी भी पूरी पर वैल रख दे, हाई लेवल दे सोनी ए स्टाइल रख दे, कारा दी भी पूरी पर वैल रख दे, शुरू तो ही पुत्ता वांगू मैं पालिया, सिडनी शहर दिया सड़का दे उत्ते नी तू नच दिया वे कहाए ਕਹਿੰਦੇ ਆਫ ਨਾਲ ਯਾਰ ਇਕੱਠੇ ਹੁੰਦੇ ਆ ਡਾਊਨ ਟਾਊਨ ਫਿਰਦੇ ਆ ਗੇੜੇ ਮਾਰਦੇ ਸਨ ਰੂਫ ਗੋਲ ਕੇ ਨੀ ਗਾਣੇ ਵੱਜਦੇ ਅੱਲੜਾਂ ਦੇ ਫਿਰਦੇ ਆ ਸੀਨੇ ਠਾਰਦੇ ਟਾਈਮ ਓਲਡ ਦੇ ਸੋਹਣੀਏ ਰਿਕਾਰਡ ਵੱਜਦੇ ਅੱਗੇ ਜੋਤ ਵੀ ਐਨ ਪੂਰੀ ਲਾ ਕੇ ਛੱਡਦੇ ਓਲਡ ਦੇ ਸੋਹਣੀਏ ਰਿਕਾਰਡ ਵੱਜਦੇ ਅੱਗੇ ਜੋਤ ਵੀ ਐਨ ਪੂਰੀ ਲਾ ਕੇ ਛੱਡਦੇ ਕਹਿੰਦੀਆਂ ਕਹਾਉਂਦੀਆਂ ਨੇ ਪਿੱਛੇ ਲਾ ਲੀਆਂ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਨੀ ਤੂੰ ਨੱਚਦੀਆਂ ਵੇਖ ਹਾਏ ਕਰ ਕਾਲੀਆਂ ਸਿਡਨੀ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਨੀ ਤੂੰ ਨੱਚਦੀਆਂ ਵੇਖ ਹਾਏ ਕਰ ਕਾਲੀਆਂ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਸੀ ਧੁੱਪਾਂ ਵਿੱਚ ਹੱਡ ਵੜੇ ਰਾੜੇ ਵੱਲੀਏ ਉਹ ਵੇਚ ਕੇ ਜਵਾਨੀ ਨੀ ਮੈਂ ਕਾਰਾਂ ਵਾਏ ਕੀਤੀਆਂ ਫੇਰ ਖੰਭੇ ਅੰਬਰੀ ਖਿਲਾਰੇ ਵੱਲੀਏ ਆਵਣ ਨਾ ਬੋਲਦਾ ਰਿਕਾਰਡ ਬੋਲਦੇ ਧਰਤੀ ਦੀ ਇੱਕ ਪਾੜ ਪਾੜ ਬੋਲਦੇ ਜਿੰਦਰ ਨਾ ਬੋਲਦਾ ਰਿਕਾਰਡ ਬੋਲਦੇ ਧਰਤੀ ਦੀ ਇੱਕ ਪਾੜ ਪਾੜ ਬੋਲਦੇ ਰੰਧਾਵਿਆਂ ਦਾ ਮੁੰਡਾ ਕਰਦਾ ਨੀ ਕਾਲੀਆਂ ਦੋਸਤੋ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਅਮਨ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਥੈਂਕ ਯੂ ਸਰ ਇਟ ਰੀਅਲੀ ਐਪਰੀਸ਼ੀਏਟ ਇਟ ਥੈਂਕ ਯੂ ਸਰ ਤੇ ਕੀ ਤੁਹਾਡਾ ਐਕਸਪੀਰੀਅੰਸ ਰਿਹਾ ਇਸ ਵੀਡੀਓ ਬਾਰੇ ਸਰ ਐਕਸਪੀਰੀਅੰਸ ਇੱਦਾਂ ਸੀ ਸ਼ੁਰੂ ਤੋਂ ਐਂਡ ਤੱਕ ਦੱਸਣਾ ਜਦ ਕਿੱਦਾਂ ਤੁਹਾਨੂੰ ਖਿਆਲ ਆਇਆ ਇਸ ਗਾਣੇ ਨੂੰ ਲਿਖਣ ਦਾ ਐਂਡ ਤੁਹਾਡੇ ਕਿਹੜੇ ਕੋ ਸਿੰਗਰਸ ਨੇ ਉਹਨਾਂ ਬਾਰੇ ਵੀ ਜ਼ਰੂਰ ਦੱਸਣਾ ਹਾਂਜੀ ਐਕਚੁਅਲੀ ਸਰ ਮੇਰਾ ਜੋ ਵੀ ਗਾਣੇ ਲਿਖਣ ਦਾ ਜੋ ਵੀ ਆਈਡੀਆਜ਼ ਹੁੰਦੇ ਆ ਉਹ ਬਦਲਦੇ ਰਹਿੰਦੇ ਆ ਕਈ ਵਾਰ ਮੈਂ ਕੰਮ ਕਰ ਰਿਹਾ ਹੁੰਦਾ ਪਰ ਮੋਸਟਲੀ ਜਿਹੜੇ ਮੇਰੇ ਆਈਡੀਆਜ਼ ਹੁੰਦੇ ਆ ਜਦੋਂ ਮੈਂ ਘਰ ਤੋਂ ਕੰਮ 'ਤੇ ਕੰਮ ਤੋਂ ਘਰ ਵਾਪਸ ਆਉਣਾ ਉਦੋਂ ਡਰਾਈਵਿੰਗ ਜਿਹੜੀ ਮੈਂ ਕਰਦਾ ਜਿਹੜਾ ਉਹ ਟਾਈਮ ਹੁੰਦਾ ਉਹਦੇ ਵਿੱਚ ਮੈਂ ਮੋਸਟ ਆਫ ਦਾ ਸੌਂਗਸ ਲਿਖਦਾ ਇੱਕ ਰੈੱਡ ਲਾਈਟ ਤੋਂ ਦੂਜੀ ਗ੍ਰੀਨ ਲਾਈਟ ਤੱਕ ਗਾਣਾ ਲਿਖਿਆ ਜਾਂਦਾ ਹਾਂਜੀ ਹਾਂ ਐਕਚੁਅਲੀ ਜਦੋਂ ਮੈਂ ਇਹ ਸੌਂਗ ਲਿਖਿਆ ਸੀ ਮੈਂ ਬਸ ਡਰਾਈਵ ਕਰ ਰਿਹਾ ਸੀ ਔਰ ਡਰਾਈਵਿੰਗ 'ਚ ਆਪਣਾ ਟ੍ਰੈਫਿਕ 'ਤੇ ਰੁਕਦਿਆਂ ਸਾਰੀਆਂ ਗੱਡੀਆਂ ਖੜੀਆਂ ਹੁੰਦੀਆਂ ਉਦੋਂ ਗੱਡੀਆਂ ਨੂੰ ਦੇਖ ਕੇ ਬਸ ਇਹ ਸੌਂਗ ਲਈ ਆਈਡੀਆ ਆਇਆ ਸੀ ਤੁਹਾਡੇ ਅੱਗੇ ਮੁਸਟਾਂਗ ਆਈ ਹੋਣੀ ਹਾਂਜੀ ਤੁਸੀਂ ਗਾਣਾ ਲਿਖਤਾ ਹਾਂਜੀ ਹਾਂ ਓਕੇ ਅਤੇ ਦਾਦਾ ਜੀ ਤੁਹਾਡੇ ਦਿਮਾਗ 'ਚ ਆਏ ਕਿ ਦਾਦਾ ਜੀ ਨੇ ਲਈ ਹਾਂਜੀ ਹਾਂ ਕਿਉਂਕਿ ਦਾਦਾ ਜੀ ਮੇਰੇ ਕਾਫੀ ਕਲੋਜ਼ ਰਹੇ ਨਾ ਸ਼ੁਰੂ ਤੋਂ ਤਾਂ ਕਰਕੇ ਮੈਂ ਦਾਦਾ ਜੀ ਬਾਰੇ
ਬਟ ਇਹ ਗਾਣਾ ਕਾਫੀ ਹਿੱਟ ਜਾਏਗਾ। ਹਾਂਜੀ, ਜਿਨ੍ਹਾਂ ਨੇ ਸਪੈਸ਼ਲੀ ਅੱਧੇ ਬੰਦੇ ਕਿਹੜੇ ਗੱਡੀ ਨਹੀਂ ਵੀ ਲੈਣਾ ਚਾਹੁੰਦੇ ਸ਼ਾਇਦ ਉਹ ਵੀ ਲੈ ਲੈਣਗੇ। ਹਾਂਜੀ, ਐਂਡ ਮੈਨੂੰ ਲੱਗਦਾ ਕਿ ਕੰਪਨੀ ਵਾਲਿਆਂ ਨੂੰ ਵੀ ਨਾ ਤੁਹਾਨੂੰ ਕੁਛ ਬੈਨੀਫਿਟਸ ਦੇਣੇ ਚਾਹੀਦੇ ਆ। ਤੇ ਕਿਹੜਾ ਤੁਸੀਂ ਗਾਣੇ ਲਿਖਦੇ ਹੋ ਤੇ ਉਸ ਤੋਂ ਬਾਅਦ ਗਾਣੇ ਬਣਾਉਂਦੇ ਹੋ, ਤੇ ਕੀ ਮੀਨਸ ਤੁਹਾਡੇ ਨਾਲ ਕਿ ਤੁਹਾਡੀ ਟੀਮ ਹੈ ਕਿਹੜਾ ਇਸ ਗਾਣੇ ਦੇ ਵਿੱਚ, ਸਪੈਸ਼ਲੀ ਰਮਨ ਜੀ ਹੈ ਐਂਡ ਤੁਹਾਡੇ ਡਾਇਰੈਕਟਰ, ਤੁਹਾਡੇ ਉਹਨੇ ਕਹਿੰਦੇ ਹੈਗੇ ਕਿਹੜੇ ਨਾਲ ਸਿੰਗਰਸ ਦੇ, ਉਹਨਾਂ ਬਾਰੇ ਦੱਸੋਗੇ ਕਿ? ਹਾਂਜੀ, ਜੋ ਮੇਰਾ ਮਿਊਜ਼ਿਕ ਜੋ ਮੇਰੇ ਸੌਂਗਸ ਨੂੰ ਦਿੰਦਾ ਮਨਜਿੰਦਰ ਸੋਈ ਜੀ, ਉਹ ਮੇਰਾ ਕਜ਼ਨ ਆ, ਕਾਫੀ ਕਲੋਜ਼ ਆ ਮੇਰੇ, ਉਹ ਕਾਫੀ ਕੰਮ ਸਿੱਖਿਆ ਹੋਇਆ ਦਿੱਲੀ ਤੋਂ, ਉਹਨੇ ਮਿਊਜ਼ਿਕ ਦਾ ਸਟੱਡੀ ਕੀਤੀ ਹੋਈ ਆ। ਅਤੇ ਜੋ ਮੇਰੇ ਨਾਲ ਕੋ ਸਿੰਗਰ ਆ ਗਗਨ ਜੀ, ਉਹ ਵੀ ਮੇਰਾ ਕਾਫੀ ਪੁਰਾਣਾ ਫਰੈਂਡ ਆ, ਅਸੀਂ ਸਕੂਲ ਮੇਟਸ ਹਾਂ, ਅਤੇ ਉਹਦੀ ਵੀ ਮਤਲਬ ਕਿ ਉਹ 'ਚ ਗੁੱਡ ਕੁਆਲਿਟੀਜ਼ ਨੇ ਗਾਣ ਦੀਆਂ, ਕਾਫੀ ਮਿਊਜ਼ਿਕ ਸਿੱਖਿਆ ਹੋਇਆ ਇਸ ਲਈ, ਕਿਉਂਕਿ ਇਹ ਸੌਂਗ ਸੀਗਾ ਇਹ ਥੋੜ੍ਹਾ ਡਿਫਰੈਂਟ ਟਾਈਪ ਨਾਲ ਅਸੀਂ ਬਣਾਇਆ, ਕਿਉਂਕਿ ਇੱਕ ਬੰਦੇ ਲਈ ਇਹ ਗਾਣਾ ਮੁਸ਼ਕਿਲ ਸੀਗਾ, ਇਸ ਲਈ ਅਸੀਂ ਨੇ ਇਸ ਦੇ ਵਿੱਚ ਦੋ ਸਿੰਗਰਸ ਯੂਜ਼ ਕਰਨ ਦਾ ਡਿਸੀਜ਼ਨ ਲਿਆ ਸੀਗਾ, ਇਸ ਲਈ ਦੋ ਸਿੰਗਰਸ ਤੋਂ ਅਸੀਂ ਇਹ ਗੀਤ ਕੀਤਾ। ਹਾਂਜੀ, ਇਹ ਨਹੀਂ ਕਹਿੰਦੇ ਹੈਗੇ ਆ। ਅਤੇ ਜਿਸ ਟਾਈਮ ਤੁਸੀਂ ਇੱਥੇ ਵੀਡੀਓ ਕਰ ਰਹੇ ਸੀਗੇ, ਉਸ ਦਿਨ ਦੀ ਕੋਈ ਯਾਦਗਾਰ ਕਿਹੜਾ ਸੀ? ਹੁਣੀ ਵੀਡੀਓ ਦੇਖ ਕੇ ਹਟੇ ਆ, ਕੋਈ ਉਸ ਦਿਨ ਦੀ ਯਾਦਗਾਰ ਜਿਹੜੀ ਤੁਹਾਨੂੰ ਲਾਈਫ ਟਾਈਮ ਯਾਦ ਰਵੇ? ਯਾਦ ਇਹ ਸੀ ਸਰ, ਜਦੋਂ ਮੈਂ ਫਸਟ ਟਾਈਮ ਆਇਆ ਸੀ ਨਾ ਕੈਮਰੇ 'ਤੇ ਸਿਟੀ ਦੇ ਵਿੱਚ, ਮੇਰੇ ਯਾਦ ਆ ਕਿਰੀਬਿਲੀ 'ਚ ਜੀ, ਜਿਹੜਾ ਉਹ ਸੀਗਾ ਮੂਮੈਂਟ, ਕਿਉਂਕਿ ਮੈਂ ਪਹਿਲਾਂ ਇਸ ਤੋਂ ਪਹਿਲਾਂ ਕਦੇ ਕੈਮਰਾ 'ਚ ਆਇਆ ਨਹੀਂ, ਓਕੇ, ਉਹ ਸਭ ਤੋਂ ਮੇਰੇ ਲਈ ਮਤਲਬ ਕਿ ਸਭ ਤੋਂ ਲਾਈਕ ਸਭ ਤੋਂ ਟਫ ਮੂਮੈਂਟ ਸੀਗਾ। ਓਕੇ, ਪਰ ਵੈਸੇ ਮੈਂ ਇੱਕ ਗੱਲ ਦੱਸਦਾ, ਮੋਸਟ ਆਫ ਦਾ ਉਹ ਕਿਹੜੇ ਸੀਨ ਦੀ ਗੱਲ ਕਰ ਰਹੇ, ਉਹ ਆਪਾਂ ਗਾਣੇ 'ਚ ਰੱਖਿਆ ਨਹੀਂ ਹੈ, ਉਹ ਗਾਣੇ ਦੇ ਵਿੱਚ ਹੈ ਨਹੀਂ ਉਹ ਸ਼ਾਟ। ਹਾਂਜੀ, ਦੱਸੋ ਕੈਲੀ ਵਿਲ ਤੁਸੀਂ ਜੋ ਵੀ। ਹਾਂਜੀ, ਉਸ ਤੋਂ ਬਾਅਦ ਫਿਰ ਆਪਾਂ ਜਦੋਂ ਨੈਕਸਟ ਸ਼ਾਟ 'ਤੇ ਗਏ, ਮੇਰਾ ਥੋੜ੍ਹਾ ਕੌਨਫੀਡੈਂਸ ਲੈਵਲ ਵਧਿਆ, ਥੋੜ੍ਹਾ ਜਿਹਾ ਵਧਿਆ। ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਆਪਾਂ ਸ਼ਾਟਸ ਲੈਂਦੇ ਗਏ, ਮੇਰਾ ਕੌਨਫੀਡੈਂਸ ਵੱਧਦਾ ਗਿਆ ਵੱਧਦਾ ਗਿਆ ਵੱਧਦਾ, ਪਰ ਜੋ ਲਾਸਟ ਸ਼ਾਟ ਆਪਾਂ ਲਏ ਸੀ ਸਕੇਟਿੰਗ ਵਾਲੇ, ਦੈਟ ਵਾਸ ਟੂ ਗੁੱਡ। ਦੋਸਤੋ, ਮੈਂ ਹਮੇਸ਼ਾ ਕਹਿੰਦਾ ਹਾਂ ਆਪਣੇ ਸਾਰੀ ਟੀਮ ਮੈਂਬਰਸ ਨੂੰ ਕਹਿੰਦਾ ਕਿ ਜਦ ਵੀ ਜਹਾਜ਼ ਉੱਡਦਾ ਨਾ, ਜਹਾਜ਼ ਨੂੰ ਪਹਿਲਾਂ ਜ਼ਮੀਨ ਦੇ ਉੱਤੇ ਪੂਰੀ ਜਾਨ ਲਗਾ ਕੇ ਭੱਜਣਾ ਪੈਂਦਾ ਰਨਵੇ, ਉਸ ਤੋਂ ਬਾਅਦ ਉਹ ਫਲਾਈ ਕਰਦਾ। ਸ਼ੂਟਿੰਗ ਦੇ ਵਿੱਚ ਹਮੇਸ਼ਾ ਹੀ ਇੱਦਾਂ ਹੁੰਦਾ ਕਿ ਸਟਾਰਟਿੰਗ ਸਟਾਰਟਿੰਗ ਥੋੜਾ ਜਿਹਾ ਲੱਗਦਾ ਹੈ ਕਿ ਹਾਏ ਕੀ ਹੋ ਰਿਹਾ, ਬੋਰ ਹੋ ਰਿਹਾ ਜਾਂ ਕਿੱਦਾਂ ਚੱਲੂਗਾ, ਐਂਡ ਉਸ ਤੋਂ ਬਾਅਦ ਤੁਸੀਂ ਫਲਾਈ ਕਰਦੇ ਹੋ ਤੇ ਜਦ ਆਪਣੀ ਡੈਸਟੀਨੇਸ਼ਨ ਤੇ ਪਹੁੰਚਦੇ ਹੋ ਤਾਂ ਕੀ ਫੀਲ ਹੁੰਦਾ ਹੈ? ਦੈਟ ਇਜ਼ ਦਾ ਮੇਨ ਥਿੰਗ ਕਿ ਨਾ ਹੁਣ ਤੁਹਾਡਾ ਗਾਣਾ ਰਿਲੀਜ਼ ਹੋ ਰਿਹਾ ਹੈ, ਸਾਰੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ, ਤੇ ਕਿੱਦਾਂ ਕਿੱਦਾਂ ਦੇ ਲੋਕਾਂ ਦੀ ਫੀਡਬੈਕ ਆ ਰਹੀ ਹੈ ਤੁਹਾਡੇ ਕੋਲ? ਫੀਡਬੈਕ ਇੱਦਾਂ ਆ ਰਹੀ ਹੈ ਸਰ, ਲੋਕ ਮਤਲਬ ਕਿ ਜੋ ਪਹਿਲਾਂ ਨੋਰਮਲ ਜਿਹੜੇ ਫਰੈਂਡ ਸਰਕਲ ਸੀਗੇ ਸਿਰਫ ਉਹੀ ਜਾਣਦੇ ਸੀ, ਪਰ ਸੌਂਗਸ, ਕਿਉਂਕਿ ਮੈਂ 6 ਮਹੀਨੇ ਪਹਿਲਾਂ ਆਪਣਾ ਇੱਕ ਸੌਂਗ ਰਿਲੀਜ਼ ਕੀਤਾ ਸੀ ਆਡੀਓ, ਜੋ ਫਸਟ ਟਰੈਕ ਸੀਗਾ ਸਰਦਾਰ, ਉਸ ਟਰੈਕ ਤੋਂ ਬਾਅਦ ਮੈਨੂੰ ਕਾਫੀ ਲੋਕਾਂ ਦੇ ਮੈਸੇਜਸ ਲਾਈਕ ਫਰੈਂਡ ਰਿਕੁਐਸਟ ਔਨ ਫੇਸਬੁੱਕ, ਕਾਫੀ ਰਿਸਪੋਂਸ ਆਉਣ ਲੱਗਿਆ, ਕਿਉਂਕਿ ਉਹ ਵੀ ਟਰੈਕ ਮੇਰਾ ਬਹੁਤ ਵਧੀਆ ਗਿਆ ਸੀਗਾ, 2nd ਪੋਜੀਸ਼ਨ 'ਤੇ ਸੀਗਾ ਟੌਪ 20 'ਚ। ਉਸ ਤੋਂ ਬਾਅਦ ਸਰ ਜਦੋਂ ਮੈਂ ਹੁਣ ਇਹ ਵੀਡੀਓ ਬਣਾਈ ਹੈ ਅਤੇ ਆਪਣਾ ਪੇਜ ਹੈ ਮੇਰਾ, ਉਸ 'ਤੇ ਨਵੇਂ ਨਵੇਂ ਲੋਕ ਐਡ ਹੋ ਰਹੇ ਨੇ, ਫੀਡਬੈਕ ਦੇ ਰਹੇ ਨੇ, ਸੋ ਮਤਲਬ ਕਿ ਮੇਰੇ ਲਈ ਥੋੜ੍ਹਾ ਹਜੇ ਸਪੈਸ਼ਲ ਫੀਲ ਨਹੀਂ ਹੋਣ ਲੱਗਿਆ, ਪਰ ਇਨ ਫਿਊਚਰ ਲੇਕਿਨ ਫੀਲਿੰਗ ਆ ਰਹੀ ਹੈ। ਹਾਂਜੀ, ਐਂਡ ਤੁਸੀਂ ਸਾਡੇ ਵਿਊਅਰਸ ਨੂੰ ਨਾਲ ਇੱਕ ਗਾਣਾ ਸੁਣਾ ਕੇ ਅਗਰ ਦੱਸ ਸਕੋ ਕਿ ਤੁਹਾਡੀ ਆਵਾਜ਼ ਵੀ ਸੁਣਨਾ ਚਾਹੁੰਦੇ ਨੇ? ਹਾਂਜੀ ਹਾਂ ਸਰ, ਜਿਹੜਾ ਮੇਰਾ ਨੈਕਸਟ ਟਰੈਕ ਆ ਰਿਹਾ, ਵੀਡੀਓ ਤੋਂ ਬਾਅਦ ਜੋ ਅਸੀਂ ਆਡੀਓ ਟਰੈਕ ਰਿਲੀਜ਼ ਕਰਨਾ ਚਾਹੁੰਦੇ ਹਾਂ। ਹੌਸਲੇ ਦੀ ਗੱਲ ਸ਼ਰੇਆਮ ਕਰਦੇ, ਹਿੱਕਾਂ ਪੜ ਹੌਸਲੇ ਬਿਆਨ ਕਰਦੇ, ਜਿਨ੍ਹਾਂ ਨਾਲ ਹੁੰਦੀਆਂ ਨੇ ਦਗੇਬਾਜ਼ੀਆਂ, ਉਹੀ ਅੱਗੇ ਜਾ ਕੇ ਨੇ ਮਹਾਨ ਬਣਦੇ। ਹੋ ਸਿਡਨੀ ਸ਼ਹਿਰ 'ਚ ਸਲਾਮ ਹੋਣਗੇ, ਯਾਰੀਆਂ ਦੇ ਚਰਚੇ ਵੀ ਆਮ ਹੋਣਗੇ, ਖੂਨ ਮੇਰਾ ਕਰਾਮਾਤੀ ਮਾਰਦਾ ਉਹ ਵਾਲਾ ਨੀ, DNA ਵੱਖਰਾ ਏ ਲੱਭਣਾ ਏ ਸਾਲਾ ਨੀ। ਉਹ ਖੇਡ ਸਤਰੰਜ ਦੀ ਤੋਂ ਜੀਣਾ ਸਿੱਖਿਆ, ਉਹ ਖੇਡ ਸਤਰੰਜ ਦੀ ਤੋਂ ਜੀਣਾ ਸਿੱਖਿਆ, ਅੱਗੇ ਵੱਧਦੇ ਨੇ ਜਿਹੜੇ ਟੇਢੀ ਚਾਲ ਚੱਲਦੇ, ਅੱਗੇ ਵੱਧਦੇ ਨੇ ਜਿਹੜੇ ਟੇਢੀ ਚਾਲ ਚੱਲਦੇ, ਅੱਗੇ ਵੱਧਦੇ ਨੇ ਜਿਹੜੇ ਟੇਢੀ ਚਾਲ ਚੱਲਦੇ। ਹੌਸਲੇ ਦੀ ਗੱਲ ਸ਼ਰੇਆਮ ਕਰਦੇ, ਹਿੱਕਾਂ ਪੜ ਹੌਸਲੇ ਬਿਆਨ ਕਰਦੇ, ਜਿਨ੍ਹਾਂ ਨਾਲ ਹੁੰਦੀਆਂ ਨੇ ਦਗੇਬਾਜ਼ੀਆਂ, ਉਹੀ ਅੱਗੇ ਜਾ ਕੇ ਨੇ ਮਹਾਨ ਬਣਦੇ। ਕਿਆ ਬਾਤ ਹੈ, ਕਿਆ ਬਾਤ ਹੈ। ਤੇ ਕਿਹੜਾ ਤੁਹਾਡਾ ਬਾਲੀਵੁੱਡ ਟਰੈਕ ਆ ਰਿਹਾ ਇੱਕ? ਹਾਂਜੀ ਹਾਂ, ਉਹਦਾ ਵੀ ਨਾਲੋ ਨਾਲ ਹੋ ਜਾਏ। ਹਾਂਜੀ ਹਾਂ, ਜ਼ਰੂਰ, ਬਹੁਤ ਪਿਆਰਾ ਸੌਂਗ ਹੈ ਦੋਸਤੋ। ਉਹ ਸਰ ਪੰਜਾਬੀ ਟੱਚ ਬਾਲੀਵੁੱਡ ਸੌਂਗ, ਇਟ ਇਜ਼ ਗੋਇੰਗ ਟੂ ਬੀ ਅ ਹਿੱਟ। ਓਕੇ ਸਰ। ਹੋ ਦੇਖਾ ਤੈਨੂੰ ਤੇਰਾ ਕੁੜੀ ਫੈਨ ਹੋ ਗਿਆ, ਵਰ
तेरे यार दानी जैम हो गया, वरेन तेरे यार दानी जैम हो गया। हो नाचेगी जब तू रेड वाइन मार के, हो नाचेगी जब तू रेड वाइन मार के। हो सारी जगह तेरा ही ओ सिक्का जमेगा, हो नाच गोरी नाच तेरा गाना बजेगा। हो नाच गोरी नाच तेरा गाना बजेगा। हो डीजे वाला बाबू तेरे लिए लगेगा, हो नाच गोरी नाच तेरा गाना बजेगा। वाओ, तो दोस्तों दैट इज गोइंग टू बी अ सुपर हिट सॉन्ग इन 2018। हाँ जी, डेफिनेटली। तो दोस्तों मैं दसा कि एक गाना अमन जी ने खुद लिखा है, खुद कंपोज किया है, तो खुद गा भी रहे ने। तो अमन जी ये तो हुए आने वाले प्रोजेक्ट्स, एंड किदा तुसी इस गाने दे मुस्टैंग गाने विच पहली बार एक्टिंग की है, तो आने वाले टाइम दे विच ए गाने विच भी तुसी खुद एक्ट कर रहे हो या हले कुछ प्लान नहीं है? सर, जो मैं तुहानूं पिछला सॉन्ग सुनाया सीगा हौसला, एक्चुअली ओहदे हजे वीडियो का कोई डिसीजन नहीं लिया, वह असीं ऑडियो रिलीज कर रहे हैं जी। तो नाच गोरी नाच का भी ऑडियो, पर इस तो बाद लाइक 15 ਦਿਨਾਂ ਜਾਂ 20 ਦਿਨਾਂ ਦੇ ਵਿੱਚ ਅਸੀਂ ਨੈਕਸਟ ਪ੍ਰੋਜੈਕਟ ਦੀ ਜੋ ਵੀਡੀਓ ਬਣਾ ਰਹੇ ਹਾਂ ਉਹ ਸੌਂਗ ਹੈਗਾ ਡਿਕਟੇਟਰ। ਯੈਸ, ਹਾਂ, ਉਸ ਬਾਰੇ ਅਸੀਂ ਉਹਦੀਆਂ ਵੀ ਦੋ ਲਾਈਨਾਂ ਹੋ ਜਾਣ। ਹਾਂਜੀ ਸਰ, ਜ਼ਰੂਰ। ਹੋ ਸ਼ੁਰੂ ਤੋਂ ਹੀ ਹੁੰਦੀ ਕਿ ਮੈਂ ਅੱਤ ਦੇਖ ਲੈ, ਹੋ ਡੋਲਿਆ ਨਾ ਜਿਗਰਾ ਹੋ ਰੱਤ ਦੇਖ ਲੈ, ਨੀ ਔਖੇ ਸੌਖੇ ਰਾਹਾਂ ਉੱਤੇ ਗੱਡ ਚੰਡੀਆਂ, ਹੋ ਸਿਰ ਤੇ ਉਹ ਸਾਰੀ ਕਿ ਮੈਂ ਛੱਤ ਦੇਖ ਲੈ, ਹੋ ਚੱਕ ਨਿਊਜ਼ ਪੇਪਰ ਤੂੰ ਰੀਡ ਕਰ ਲੈ, ਹੋ ਚੱਕ ਨਿਊਜ਼ ਪੇਪਰ ਤੂੰ ਰੀਡ ਕਰ ਲੈ, ਹੋ ਹੈਡਲਾਈਨ ਮੇਰੇ ਨੀ ਹਜ਼ਾਰ ਬੱਲੀਏ, ਹੋ ਟੁੱਟਣ ਤੋਂ ਡਰਦਾ ਨੀ ਯਾਰ ਬੱਲੀਏ, ਹੋ ਪਹਿਲਾਂ ਕਦੇ ਕਰਦਾ ਨੀ ਬਾਰ ਬੱਲੀਏ, ਹੋ ਜਿਹੜਾ ਸਿਰ ਚੜੇ ਉਹ ਠੋਕ ਦੇਈਦਾ, ਡਕ ਟੇਟਰਾਂ ਜਿਹੀ ਐ ਮੇਰੀ ਮਾਰ ਬੱਲੀਏ, ਚੱਕ ਦੇ ਫਟੇ। ਬਹੁਤ ਬਹੁਤ ਵਧੀਆ। ਆਈ ਮੀਨ ਮੈਨੂੰ ਨਾ ਜਦ ਯੰਗ ਟੈਲੈਂਟ ਤੇ ਜਦ ਇੱਦਾਂ ਦੇ ਮਲਟੀ ਟੈਲੈਂਟਡ ਬੰਦੇ ਮਿਲਦੇ ਨਾ, ਬਹੁਤ ਦਿਲ ਤੋਂ ਖੁਸ਼ੀ ਹੁੰਦੀ ਹੈ। ਤੇ ਸਰ, ਇੱਕ ਮੇਰਾ ਇੱਕ ਹੋਰ ਟਰੈਕ ਸੀਗਾ, ਉਹ ਵੀ ਮੈਂ ਆਡੀਓ ਅਜੇ ਉਹ ਲੇਟੈਸਟ ਥੋੜ੍ਹੇ ਦਿਨ ਪਹਿਲਾਂ ਲਿਖਿਆ, ਉਹ ਵੱਲ ਕੇ ਥੋੜ੍ਹਾ ਆਪਣੇ ਲਈ ਪਰਸਨਲ ਮੇਰੇ ਲਈ ਉਹ ਆ, ਉਹਦੀ ਮੈਂ ਸੌਂਗ ਦੀਆਂ ਤੁਹਾਨੂੰ ਚਾਰ ਲੈਣਾ ਸੁਣਾ। ਡੈਫੀਨੇਟਲੀ, ਬਹੁਤ ਵਧੀਆ ਟਰੈਕ ਆ ਮੇਰੇ, ਥੋੜ੍ਹਾ ਫਾਸਟ ਨਹੀਂ ਹੈ, ਬੀਟ ਸੌਂਗ ਨਹੀਂ ਹੈ, ਪਰ ਉਹਦੇ ਜੋ ਬੋਲ ਆ ਬਹੁਤ ਪਿਆਰੇ। ਉਹ ਦੱਗ ਸਰ, ਹੋ ਛੇ ਤਿੰਨ ਕੱਦ ਮੇਰਾ 60 ਫੁੱਟ ਈਗੋ, ਤੇ ਈਗੋ ਮੈਨੂੰ ਮਿਲੀ ਮੇਨ ਤਾਂ ਤੋਂ ਬਾਅਦ ਨੀ, ਹੋ ਪੱਕਿਆ ਸੂਲ ਕਦੇ ਤੋੜਦਾ ਨੀ ਰੂਲ, ਹਾਏ ਨੀ ਗੱਲ ਹਲੇ ਤੱਕ ਕੱਲੀ ਕੱਲੀ ਯਾਦ ਨੀ, ਹੋ ਕਿੱਥੇ ਕਿੱਥੇ ਜਾ ਕੇ ਨੀ ਮੈਂ ਡਾਊਨ ਫੀਲ ਹੋਇਆ, ਹੋ ਕਿੱਥੇ ਕਿੱਥੇ ਜਾ ਕੇ ਨੀ ਮੈਂ ਡਾਊਨ ਫੀਲ ਹੋਇਆ, ਤੇ ਕਿੱਥੇ ਕਿੱਥੇ ਜਾ ਕੇ ਨੀ ਮੈਂ ਅਪ ਕਰਿਆ, ਨੀ ਮੈਂ ਦਰਦਾਂ ਦੀ ਪੱਠੀ ਉੱਤੇ ਬੈਠ ਬੱਲੀਏ, ਆਉਣ ਵਾਲੇ ਦਿਨਾਂ ਦਾ ਸੀ ਜਪ ਕਰਿਆ। ਕਿਆ ਬਾਤ ਹੈ, ਤੇ ਆਉਣ ਵਾਲੇ ਦਿਨ ਬਹੁਤ ਹੀ ਵਧੀਆ, 2018 ਚੜ ਗਿਆ, ਤੇ ਇਟ ਇਜ਼ ਗੋਇੰਗ ਟੂ ਬੀ ਅ ਸੁਪਰ ਰੌਕ ਈਅਰ, ਐਂਡ ਤੁਹਾਡੇ ਵਾਸਤੇ ਤੇ ਸਾਡੇ ਸੁਪਰ ਸਟਾਰ ਹੋ ਤੁਸੀਂ, ਤੇ ਅਮਨ ਜੀ ਅਸੀਂ ਤੁਹਾਨੂੰ ਬਹੁਤ ਬਹੁਤ ਕੰਗਰੈਟਸ ਕਰਦੇ ਹਾਂ, ਤੇ ਬਹੁਤ ਬਹੁਤ ਵੈਲ ਵਿਸ਼ਿਜ਼ ਦਿੰਦੇ ਹਾਂ ਕਿ ਆਉਣ ਵਾਲੇ ਪ੍ਰੋਜੈਕਟਸ ਵਾਸਤੇ ਤੁਸੀਂ ਇੱਦਾਂ ਹੀ ਲਿਖਦੇ ਰਹੋ, ਗਾਉਂਦੇ ਰਹੋ, ਤੇ ਨਾਲ ਰੌਕ ਕਰਦੇ ਰਹੋ। ਹਾਂਜੀ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀ ਅਮਨਦੀਪ ਰੰਧਾਵਾ, ਤੁਸੀਂ ਦੇਖਿਆ ਗਾਣਾ ਮੁਸਟੈਂਗ, ਤੇ ਆਉਣ ਵਾਲੇ ਗਾਣਿਆਂ ਤੇ ਕੀਪ ਵਾਚਿੰਗ ਫਰੈਂਡਸ ਵਰਲਡ ਟੀਵੀ, ਤੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੈਂ ਤੁਹਾਡਾ ਆਪਣਾ ਵਰੁਣ ਤਿਵਾਰੀ, ਤੇ ਨਾਲ ਮੇਰੇ ਅਮਨਦੀਪ ਰੰਧਾਵਾ।